थाना भीखीफिंड की पुलिस ने संदिग्ध परिस्थितियों में हुई लूट के मामले को सुलझाने में सफलता हासिल की है। गौरतलब है कि अलगू कोठी खैरा फार्म हाउस में रहते दो व्यक्तियों युवराज सिंह और मनोहर सिंह ने पुलिस को सूचना दी थी कि उनसे अज्ञात लुटेरों ने 47 लाख की लूट की है। जब पुलिस ने इस सारे मामले में गहराई से जांच की तो यह लूट का सारा मामला फर्जी निकला। इस बारे में जानकारी देते हुए डीएसपी भीखीविंड दिलबाग सिंह ने बताया कि उक्त व्यक्तियों के विदेश में रहते रिश्तेदारों ने उनके खाते में 47 लाख रुपए जमा करवाए थे, जो कि उक्त व्यक्तियों ने किसी कारणवश खर्च कर दिए, जिसके बाद उन्होंने लूट का यह सारा ड्रामा रचा। पुलिस ने दोनों आरोपियों को गिरफ्तार कर उनसे पूछताछ शुरू कर दी है। ਗੱਡੀ ਆਈ ਪਿੱਛੋਂ ਸਕਾਰਪੀਓ, ਉਹਨੇ ਸਾਡੇ ਅੱਗੇ ਕਰਕੇ ਰੋਟੀ ਚੁੰਨਾ ਲਈ ਲੈਣ ਤੇ ਨਗਰ ਤਿੰਨ ਬੰਦੇ ਉਤਰੇ ਵਿੱਚੋਂ, ਦੂਜੇ ਬੰਦੇ ਨਾਲ ਮਤਲਬ ਰਵਾਲ ਹੋਏ ਤਾਨੇ ਸਾਡੇ, ਇੱਕ ਬੰਦਾ ਮੇਰੀ ਸਾਈਡ 'ਤੇ, ਦੂਜੀ ਸਾਈਡ ਦੋ ਬੰਦੇ ਪਰਲੀ ਸਾਈਡ 'ਤੇ ਚਲੇ ਗਏ। ਇੱਕ ਬੰਦੇ ਨੇ ਮੇਰਾ ਮੋਬਾਈਲ ਸੁੱਟ ਕੇ ਥੱਲੇ ਮਾਰਿਆ, ਦੂਜੇ ਬੰਦੇ ਮੇਰਾ ਮੋਬਾਈਲ ਚੱਕ ਲਿਆ, ਇੱਕ ਬੰਦੇ ਨੇ ਪੈਸਿਆਂ ਵਾਲਾ ਥੱਲੇ ਚੱਕ ਲਿਆ, ਇੱਕ ਮਿੰਟ ਵਾਸਤੇ ਗੱਡੀ ਭਜਾ ਦਿੱਤੀ। ਉਹ ਭਾਅ ਜੀ ਇਹਨੇ ਕੀਤਾ ਜੀ, ਇਹਨਾਂ ਜਗਰਾਜ ਸਿੰਘ ਹੋਣਾ ਕੀ ਕੀਤਾ ਜੀ, ਇਹਨਾਂ ਪੈਸੇ ਪੂਏ ਪਹਿਲਾਂ ਬਾਹਰੋਂ ਆਏ ਅਤੇ ਉਹਨਾਂ ਕੁਝ ਮੀਂਹ ਜਮੂਹ ਦੇ ਵਰਤ ਬੈਠੇ ਜੀ। ਅੱਛਾ, ਉਹ ਕਹਿੰਦੇ ਜੀ ਉਹਨਾਂ ਇਹਨਾਂ ਤਾਏ ਨੂੰ ਲੋੜ ਪੈ ਗਈ ਪੈਸੇ ਦੀ, ਇਹਨੂੰ ਸਾਡੇ ਕੋਈ ਝੂਠੀ ਨਾ। ਉਹ ਜਗਰਾਜ ਸਿੰਘ ਹੋਇਆ ਖਹਿਰਾ ਫਾਰਮ ਵਾਲੇ, ਹਾਂਜੀ ਉਹਨਾਂ ਨੇ ਸਾਨੂੰ ਬਾਹਰੋਂ ਇੱਥੇ ਚੰਡੀਗੜ੍ਹੋਂ ਇਹਨਾਂ ਕਿਸੇ ਰਿਸ਼ਤੇਦਾਰ ਨੂੰ ਕੀਤਾ ਫੋਨ, ਚੰਡੀਗੜ੍ਹੋਂ ਫੋਨ ਜਿਹੜਾ ਉਹ ਐਸ ਏ ਪੀ ਸਾਹਿਬ ਨੂੰ ਆਇਆ ਵੀ ਆਹ ਜਿਹੜਾ ਇੱਥੇ 45 ਲੱਖ ਦੀ ਖੋਹ ਹੋ ਗਈ। ਉਹ ਜਦੋਂ ਮੈਨੂੰ ਫੋਨ ਆਇਆ ਮੈਂ ਮੌਕੇ 'ਤੇ ਪਹੁੰਚਿਆ, ਨਾਲ ਆਪਣੇ ਐਸ ਐਚ ਓ ਸੀਗੇ, ਉੱਥੇ ਆ ਕੇ ਦੇਖਿਆ ਇਹਨਾਂ ਦੇ ਖਹਿਰਾ ਫਾਰਮ ਅੰਦਰ ਗਏ ਅਤੇ ਮੁੰਡੇ ਸੀਗੇ ਦੋਨੇ ਜਗਰਾਜ ਅਤੇ ਮਨੋਹਰ, ਉਹਨਾਂ ਨੇ ਦੱਸਿਆ ਵੀ ਆਪਾਂ ਇਸ ਤਰ੍ਹਾਂ 47 ਲੱਖ ਰੁਪਇਆ ਕਢਾਇਆ ਸੀਗਾ ਐਚ ਡੀ ਐਫ ਸੀ ਬੈਂਕ, ਅਤੇ ਉਹ ਜਿਹੜਾ ਅਸੀਂ ਇੱਥੇ ਚੁੰਗ ਦੀ ਪੋਲੀ ਦੇ ਆਏ ਅਤੇ ਪਿੱਛੋਂ ਸਕੋਰਪੀਓ ਆਈ ਅਤੇ ਉਹ ਕਢਾ ਸਾਡੇ ਉਹ ਖੋਹ ਕੇ ਲੈ ਗਏ। ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਇਹ ਜਿਹੜਾ ਪੈਸਾ ਸੀਗਾ ਉਹ ਪੈਸਾ ਇਹਨਾਂ ਦੇ ਪਾਸਿੰਗ ਪਾਇਆ ਰਹਿੰਦਾ ਉੱਧਰ ਫੋਰਨ ਕੰਟਰੀ, ਉਹਦਾ ਵੀ ਫੋਨ ਇਹ ਆਇਆ ਉਹ ਜੁਗਰਾਜ ਨੂੰ ਆਇਆ ਤਾਂ ਉਹਨੇ ਫੋਨ 'ਤੇ ਮੇਰੇ 'ਤੇ ਵੀ ਕਰਾਇਆ, ਉਹ ਕਹਿੰਦਾ ਵੀ ਹਾਂ ਵੀ ਪੈਸੇ ਤਾਂ ਮੈਂ ਭੇਜਦਾ ਹੁੰਦਾ ਅਤੇ ਪੂਰੀ ਪੈਸੇ ਪਾਈ। ਜਦੋਂ ਇਹਨਾਂ ਨੂੰ ਇੱਕ ਆਪਾਂ ਬਗੂਆ ਵੇਖਣਾ ਹੈ ਵੀ ਹਾਂ ਵੀ ਕਿੱਥੇ ਬਗੂਆ ਹੋਇਆ, ਉਹਨੂੰ ਨਾਲ ਐਸ ਐਚ ਓ ਬਟੂਆ ਅਤੇ ਐਸ ਐਚ ਓ ਆਏ ਖਾਲਡਾ, ਉਹਨਾਂ ਨੂੰ ਉੱਧਰ ਭੇਜ ਦਿੱਤਾ ਬਗੂਆ ਅਤੇ ਇਹਨਾਂ ਨੂੰ ਅਸੀਂ ਨਾਲ ਦੂਏ ਨੂੰ ਮੈਂ ਲਾਇਆ ਨਾਲ, ਜਿਹੜਾ ਮਨੋਹਰ ਸਿੰਘ ਇਹਨਾਂ ਦਾ ਨਾਮ ਮਨੋਹਰ ਸਿੰਘ ਵੀ ਸੀਗਾ। ਉਹ ਜਦੋਂ ਅਸੀਂ ਰਸਤੇ 'ਚ ਆਉਣ ਡੇ ਤਾਂ ਪੁੱਛਣ ਡੇ ਇੱਥੇ ਖਿਲਾਰ ਕੇ ਵੀ ਦੱਸ ਕਿੱਥੇ ਕਿੱਥੇ ਹੋਇਆ ਕੀ ਆ। ਉਸ ਤੋਂ ਬਾਅਦ ਜਦੋਂ ਇਹ ਕਹਿੰਦਾ ਜੀ ਮੈਂ ਤੁਹਾਨੂੰ ਸਾਰਾ ਕੁਛ ਦੱਸ ਦਿੰਦਾ, ਇਹਨੂੰ ਸਾਈਕੋਲੋਜੀਕਲੀ ਆਪਾਂ ਇਹਨੂੰ ਕੀਤਾ ਪੁੱਛਿਆ ਕਿੱਛਿਆ ਅਤੇ ਕਹਿੰਦਾ ਵੀ ਮੈਂ ਜਿਹੜਾ ਇਹ ਸਾਡੀ ਪਲਾਨ ਬਣੀ ਸੀਗੀ, ਕਿਉਂਕਿ ਉਹ ਪੈਸੇ ਅਸੀਂ ਕਿਤੇ ਹੋਰ ਖਰਚ ਬੈਠੇ ਹਾਂ, ਨਵੇਂ ਸ਼ਹਿਰ ਕਿਤੇ ਜ਼ਮੀਨ ਲਈ ਹੈ ਨਾ, ਉਹ ਉੱਧਰ ਖਰਚ ਬੈਠੇ, ਅਸੀਂ ਉਹਨਾਂ ਨੂੰ ਦੱਸਤਾ ਵੀ ਸਾਡੀ ਖੋਹ ਹੋ ਗਈ ਅਤੇ ਨਾ ਹੀ ਇਹਨਾਂ ਨੇ ਪੈਸੇ ਉੱਥੇ ਉਹਦੇ ਵੈਰੀਫਾਈ ਕਰਨ ਡੇ, ਆਪਾਂ ਕਰ ਵੀ ਲਿਆ, ਉਹ ਮੈਨੇਜਰ ਨਾਲ ਗੱਲ ਵੀ ਹੋ ਗਈ ਸੀ, ਉਹ ਕਹਿੰਦੇ ਕੋਈ ਪੈਸਾ ਨਹੀਂ ਕਢਾਇਆ, ਇਹਨੇ ਫਿਰ ਡਰਾਮਾ ਖੇਲਿਆ, ਜਾਂ ਤਾਂ ਕੋਈ ਸੇਵਨ ਕਰਦੇ ਆ ਇਹ ਕਿਸੇ ਨਸ਼ੀਲੀ ਚੀਜ਼ ਦਾ, ਅਤੇ ਇਸ ਕਰਕੇ ਕੋਈ ਇਹਨਾਂ ਨੇ ਡਰਾਮਾ ਹੀ ਰਚਿਆ, ਬਾਕੀ ਆਹ ਤਫਤੀਸ਼ ਜਾਰੀ ਹੈ।